ta-ta-ta-ta. ਹਰਿਆਣੇ ਚ ਜਾਂਦੇ ਯੂਪੀ ਚ ਜਾਂਦੇ ਰਾਜਸਥਾਨ ਚ ਜਾਂਦੇ ਪ੍ਰੋਗਰਾਮ ਲਾਉਣ ਇੰਨਾ ਕੁ ਜਰਦਾ ਹੁੰਦਾ ਵਿੱਚ ਮਾੜੀ ਜਿਹੀ ਉਹਦੀ ਕਲੀ ਪੈਂਦੀ ਹੈ ਜਿਹੜੇ ਬੰਦੇ ਲਾਉਂਦੇ ਉਹਨਾਂ ਨੂੰ ਪਤਾ ਨਸ਼ਾ ਵੀ ਉਹਦੇ ਚ ਓਨਾ ਕੀ ਹੁੰਦਾ ਜ਼ਿਆਦੇ ਤਾਂ ਭਾਲੀ ਹੁੰਦੀ ਹੈ ਕਿਉਂ ਠੇਕੇਦਾਰ ਸਾਹਿਬ ਲਾਉਣਾ ਨਾ ਨਹੀਂ ਲਾਉਂਦਾ ਤੇ ਜਰਦਾ ਬਣਨ ਦੇ ਤਰੀਕੇ ਹੈ ਹੁਣ ਕਈ ਤਾਂ ਮੇਰੇ ਭਰਾ ਜਰਦਾ ਐਂ ਬਣਦੇ ਕਈ ਮੈਂ ਵੇਖਿਆ ਐਂ ਬਲੀ ਜਾਂਦੇ ਹੁੰਦੇ ਤੇ ਸਾਡੇ ਆ ਮਿੰਨੀਆਂ ਮੁੰਨੀਆਂ ਨੇ ਟਰੱਕਾਂ ਵਾਲੇ ਐਂ ਬਣਦੇ ਇੱਕ ਵਾਰੀ ਇੱਥੇ ਅੰਮ੍ਰਿਤਸਰ ਬੱਸ ਸਟੈਂਡ ਤੇ ਮਿੰਨੀ ਵਾਲਾ ਨਾਲ ਤਾਂ ਜਰਦਾ ਬਲੀ ਜਾਵੇ ਨਾਲੇ ਕਰੀ ਜਾਵੇ ਆ ਬਟਾਲਾ 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 ਇੱਕ ਨਵਾਂ ਵਿਆਹ ਜੋੜਾ ਤੁਰਿਆ ਆਉਂਦਾ ਸੀ ਉਹਨੂੰ ਵੇਖ ਕੇ ਵੱਧ ਕਰਨ ਲੱਗ ਪਿਆ ਆ ਬਟਾਲਾ 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 ਉਹਦਾ ਮਾਮਾ ਹਜੇ ਤਾਂ ਮਹੀਨਾ ਵਿਆਹ ਨੂੰ ਹੈ ਇਸ ਤਰ੍ਹਾਂ ਕਿਸ ਤਰ੍ਹਾਂ ਬਟਾਲਾ ਦਾ ਸੋ ਇਹ
ਜਿਹੜਾ ਬੰਦਾ ਲਾਉਂਦਾ ਜਰਦਾ ਉਹ ਕਹਿੰਦੇ 100 ਸਾਲ ਨਹੀਂ ਮਰਦਾ। ਲਾ ਕੇ ਵੇਖ ਫਿਰ। ਬਾਕੀ ਗੱਲ ਇਹ ਹੈ ਵੀ ਜਿਹੜਾ ਬੰਦਾ ਖਾਂਦਾ ਘਿਓ ਉਹ ਮਰਿਆ ਹੀ ਲਾਓ, ਕਿਉਂਕਿ 35-40 ਸਾਲ ਤੋਂ ਬਾਅਦ ਬੰਦੇ ਦਾ ਬਲੱਡ ਪ੍ਰੈਸ਼ਰ ਵਧਣ ਲੱਗ ਪੈਂਦਾ, ਕਿਸੇ ਨੂੰ ਅਧਰੰਗ ਦੀ ਸ਼ਿਕਾਇਤ ਹੋ ਗਈ, ਕਿਸੇ ਨੂੰ ਸ਼ੂਗਰ ਹੋ ਗਿਆ। ਵੈਸੇ ਥੋੜਾ ਜਿਹਾ ਸਮਾਨ ਜੇ ਬੰਦਾ ਕਿਤੇ ਖਾਂਦਾ ਰਹੇ, ਕਾਲਾ ਜਿਹਾ ਸਮਾਨ ਮਿਲ ਜੇ ਤਾਂ ਬਹੁਤ ਵਧੀਆ ਗੱਲ ਹੈ, ਵਧੀਆ ਮਿਲ ਜੇ, ਚੰਗਾ ਮਿਲ ਜੇ ਤਾਂ ਥੋੜਾ ਥੋੜਾ ਬੰਦਾ ਖਾਂਦਾ ਰਹੇ ਤਾਂ ਮਾੜੀ ਗੱਲ ਨਹੀਂ। ਭੀਮ ਦੇ ਬਹੁਤ ਫਾਇਦੇ ਆ ਜੀ। ਸਭ ਤੋਂ ਵੱਡਾ ਫਾਇਦਾ ਭੀਮ ਦਾ ਇਹ ਹੈ ਵੀ ਜੇ ਬੰਦੇ ਨੂੰ ਸ਼ੂਗਰ ਹੈ, ਸ਼ੂਗਰ ਕੰਟਰੋਲ 'ਚ ਹੋ ਜਾਂਦਾ। ਜੇ ਬੰਦੇ ਨੂੰ ਅਧਰੰਗ ਦੀ ਸ਼ਿਕਾਇਤ ਹੈ, ਉਹ ਅਧਰੰਗ ਦੂਰ ਹੋ ਜਾਂਦੀ ਹੈ। ਬੰਦੇ ਦਾ ਬਲੱਡ ਪ੍ਰੈਸ਼ਰ ਵੱਧਦਾ, ਸਿੱਟ ਰਹਿੰਦਾ ਅਤੇ ਬੰਦਾ ਕੰਮ ਬਹੁਤ ਕਰਦਾ। ਜਿਹੜੇ ਕੰਮ ਨੂੰ ਲੱਗ ਜੇ ਫਿਰ ਤਸੱਲੀਆਂ ਕਰਾਉਂਦਾ, ਜੇ ਵੱਟਾਂ ਘਾਟ ਲੱਗ ਪਿਆ ਤਾਂ ਗੁਆਂਢੀਆਂ ਦੇ ਦੋ ਦੋੜੇ ਨਾਲ ਰਲ ਜਾਂਦੇ ਆ। ਅਤੇ ਸਾਰਿਆਂ ਨਾਲੋਂ ਇੱਕ ਵੱਡਾ ਫਾਇਦਾ ਹੋਰ ਵੀ ਹੈ ਜਿਹੜਾ ਬੰਦਾ ਭੀਮ ਖਾਂਦਾ ਦੱਸਦਾ। ਸਾਰਿਆਂ ਨਾਲੋਂ ਵੱਡਾ ਫਾਇਦਾ ਜਿਹੜਾ ਬੰਦਾ ਭੀਮ ਖਾਂਦਾ ਐਵੇਂ ਡਰਾਈ ਕੁਝ ਆਉਂਦਾ, ਉਹ ਕੀ ਕਰਦਾ? ਉਹਦੀ ਜਨਾਨੀ ਰਸ ਕੇ ਪੇਕੀ ਨਹੀਂ ਜਾਂਦੀ। ਝੂਠੀ ਮੁੱਠੀ ਤੋਂ ਮਸਲਾ ਕੇ ਚੰਦ ਚੜਾਵੇਂਗੀ, ਝੂਠੀ ਮੁੱਠੀ ਤੋਂ ਮਸਲਾ ਕੇ ਚੰਦ।